ਉਹ ਬੰਦੇ ਕਾਮਯਾਬ ਹੋ ਗਏ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਮਾਰਨ ਦਾ ਪਲਾਨ ਕੀਤਾ ਸੀ ਅਤੇ ਕਿਸਾਨਾਂ ਨੂੰ ਖਤਮ ਕਰਨ ਦਾ ਪਲਾਨ ਕੀਤਾ ਸੀ। ਸਾਡੇ ਪਾਕ ਪਤਨ ਇਲਾਕੇ ਵਿੱਚ ਦੋ ਜ਼ਿਮੀਂਦਾਰ ਵੱਡੇ ਜਿਨ੍ਹਾਂ ਨੇ ਖੁਦਕੁਸ਼ੀ ਕਰ ਲਈ ਅਤੇ ਕਈ ਬੰਦੇ ਪਰੇਸ਼ਾਨ ਨੇ। ਪਹਿਲਾਂ ਤਾਂ ਮਰਲੇ ਚੌਂਕ 'ਚੋਂ ਇੱਕ ਜ਼ਿਮੀਂਦਾਰ ਜਿਹਨੇ ਜਨਾਬ ਖੁਦਕੁਸ਼ੀ ਕਰ ਲਈ, ਕਿਸ ਵਜ੍ਹਾ ਤੋਂ ਕਿ ਜਿਹੜਾ ਉਹਨਾਂ 'ਤੇ ਜ਼ੁਲਮ ਹੁੰਦਾ ਪਿਆ, ਬੇਤਹਾਸ਼ਾ ਜ਼ੁਲਮ ਹੁੰਦਾ ਪਿਆ। ਦੂਸਰਾ ਜਨਾਬ ਖਾਨੇ ਵਾਲੇ ਇੱਕ ਬੰਦਾ ਜ਼ਿਮੀਂਦਾਰ ਕਰਦਾ ਸੀ ਕਮ ਸੇ ਕਮ 300-400 ਕਿੱਲੇ ਦਾ, ਠੀਕ ਹੈ, ਤੂੰ ਹੈਗਾ ਪਾਕ ਪੁੱਤਨ ਦਾ ਸੀ, ਅਤੇ ਉਸ ਬੰਦੇ ਨੇ ਕੱਲ੍ਹ ਜਿਹੜੀ ਹੈ ਉਹ ਖੁਦਕੁਸ਼ੀ ਕਰ ਲਈ। ਐਸੇ ਬੜੇ ਅਫਸੋਸਨਾਕ ਵਾਕਿਆਤ ਪੂਰੇ ਪਾਕਿਸਤਾਨ 'ਚ ਹੋ ਰਹੇ ਹਨ, ਜ਼ਿਆਦਾਤਰ ਪੰਜਾਬ ਦੇ ਵਿੱਚ ਹੋ ਰਹੇ ਹਨ, ਕਿਉਂਕਿ ਪੰਜਾਬ ਦੇ ਕਿਸਾਨਾਂ ਨਾਲ ਜ਼ੁਲਮ ਹੋ ਰਿਹਾ, ਸਭ ਨਾਲ ਜ਼ਿਆਦਾ ਟੈਕਸ ਪੰਜਾਬ ਦੇ ਕਿਸਾਨਾਂ ਕੋਲ ਲਿਆ ਜਾ ਰਿਹਾ ਅਤੇ ਉਹਨਾਂ ਦੇ ਹੱਕ ਜਿਹੜੇ ਨੇ ਉਹ ਖੱਧ ਜਾ ਰਹੇ। ਠੀਕ ਹੈ, ਅੱਲਾ ਹਾਲਾਤ ਬਦਲੇ, ਅੱਲਾ ਸਬਰ ਦੇਵੇ।